ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਜਥਾ ਸਰਲਤ ਖਾਲਸਾ ਦੇ ਮੁੱਖ ਸੇਵਾਦਾਰ ਦਾਸ ਦਲਬਾਗ ਸਿੰਘ, ਨਾਲ ਭਾਈ ਪੰਜਾਬ ਸਿੰਘ ਹਿੰਮਤੇ ਖਾਲਸਾ, ਹੋਰ ਵੀ ਬਹੁਤ ਸਤਿਕਾਰਯੋਗ ਜਿਹੜੀਆਂ ਜਥੇਬੰਦੀਆਂ ਇੱਥੇ ਆਈਆਂ, ਸਿੱਖ ਮੁਸਲਮਾਨ ਭਾਈਚਾਰਾ ਇੱਥੇ ਹੁਣੇ ਹਾਜ਼ਰੀ ਲਵਾ ਕੇ ਗਏ ਨੇ, ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਅੱਜ ਦੀ ਜਿਹੜੀ ਮਤਲਬ ਡਿਊਟੀ ਆ ਸਰਦਾਰ ਪੰਜਾਬ ਸਿੰਘ ਹਿੰਮਤੇ ਖਾਲਸਾ ਅਤੇ ਦਾਸ ਜਥਾ ਸਰਲਤ ਖਾਲਸਾ ਦੀ ਲਾਈ ਗਈ ਆ, ਅਤੇ ਇਹ ਸਤਿਕਾਰ ਕਮੇਟੀ ਵੀਰ ਮੁੱਛਲ ਉਹ ਹੁਣੇ ਬੈਠੇ ਮਤਲਬ ਉੱਠ ਕੇ ਗਏ ਨੇ, ਉਹਨਾਂ ਤੋਂ ਬਾਅਦ 'ਚ ਸਾਡੀ ਕੱਲ੍ਹ 12 ਵਜੇ ਤੱਕ ਜਿਹੜੀ ਹੈ ਡਿਊਟੀ ਲਾਈ ਗਈ। ਕੁਝ ਸਵਾਲ ਸੰਗਤ ਦੇ ਮਨ ਦੇ ਵਿੱਚ ਆਉਂਦੇ ਆ ਕਿ ਇਹ ਜਦੋਂ ਬੁੱਤ ਲੱਗੇ ਸੀ ਜੀ, ਉਦੋਂ ਸਿੱਖ ਜਥੇਬੰਦੀਆਂ ਕਿੱਥੇ ਗਈਆਂ ਜੀ? ਮਤਲਬ ਬਾਹਰ ਸਵਾਲ ਆਮ ਸੰਗਤ ਕਰ ਰਹੀ ਆ ਕਿ ਹੁਣ ਹੀ ਕਿਉਂ ਜੀ? ਇਹ ਵੀਰਾਂ ਨੂੰ ਇੰਨਾ ਨਹੀਂ ਪਤਾ ਕਿ ਇਹ ਉਦੋਂ ਦੀਆਂ ਹੀ ਜਥੇਬੰਦੀਆਂ ਮੰਗ ਪੱਤਰ DC ਨੂੰ, ਕਮਿਸ਼ਨਰ ਨੂੰ, ਸਾਰਿਆਂ ਨੂੰ ਦੇ ਰਹੇ ਆ ਜੀ, ਕਿਉਂਕਿ ਕੋਈ ਵੀ ਚੀਜ਼ ਦੀ ਜਦੋਂ ਹਵਾ ਬਣਦੀ ਆ ਲੋਕਾਂ ਨੂੰ ਉਦੋਂ ਪਤਾ ਲੱਗਦਾ, ਸੰਗਤ ਨੂੰ ਉਦੋਂ ਪਤਾ ਲੱਗਦਾ। ਇਹ ਕਰਕੇ ਅਸੀਂ ਉਹਨਾਂ ਵੀਰਾਂ ਨੂੰ ਮੈਸੇਜ ਦੇਣਾ ਚਾਹੁੰਦੇ ਹਾਂ ਕਿ ਅਸੀਂ ਉਦੋਂ ਦੇ ਹੀ ਸਾਰੀਆਂ ਸਿੱਖ ਜਥੇਬੰਦੀਆਂ ਜਿਹੜੀਆਂ ਉਦੋਂ ਦੀਆਂ ਹੀ ਤੱਤਵਰ ਤਿਆਰ ਆ, ਇਹਨਾਂ ਬੁੱਤਾਂ ਦਾ ਰੌਲਾ ਜਿਹੜਾ ਉਦੋਂ ਦਾ ਹੀ ਪੈ ਰਿਹਾ ਕਿ ਇੱਥੇ ਘੱਟ ਤੋਂ ਘੱਟ ਜਿਹੜੇ ਸਟੈਚੂ ਉਹ ਲੱਗਣੇ ਚਾਹੀਦੇ ਆ, ਜਿਸ ਤਰ੍ਹਾਂ ਬੰਦ ਕੱਟੇ ਗਏ ਸਾਡੇ ਯੋਧਿਆਂ ਦੇ, ਹਰੀ ਸਿੰਘ ਨਲੂਏ ਦਾ, ਬੰਦਾ ਸਿੰਘ ਬਹਾਦਰ, ਜਿੱਦਾਂ ਬੀਬੀਆਂ ਦੇ ਗਲਾਂ ਦੇ ਵਿੱਚ ਬੱਚਿਆਂ ਦੇ ਟੋਟੇ ਜਿਹੜੇ ਕਰਕੇ ਹਾਰ ਪਰੋ ਕੇ ਪਾਏ ਗਏ, ਉਹ ਇੱਥੇ ਮੈਸੇਜ ਜਿਹੜਾ ਵਾ ਇੱਥੇ ਵਧੀਆ ਮੈਸੇਜ ਮਿਲਦਾ, ਉਹ ਸਾਨੂੰ ਜਿਹੜੇ ਬੁੱਤ ਇੱਥੇ ਚਾਹੀਦੇ ਸੀ। ਦੂਜੀ ਗੱਲ, ਹੁਣ ਆਮ ਬੰਦੇ ਕਹਿੰਦੇ ਆ ਕਿ ਤਕਲੀਫ ਕੀ ਹੈ ਸਾਡਾ ਸੱਭਿਆਚਾਰ, ਪਰ ਇਹ ਸਾਡਾ ਸੱਭਿਆਚਾਰ ਨਹੀਂ, ਸਾਡਾ ਸੱਭਿਆਚਾਰ ਉਹ ਹੀ ਕਿ ਜਿਹੜਾ ਆਪਾਂ ਦੂਜੀਆਂ ਕੌਮਾਂ ਵਾਸਤੇ ਜਿਹੜਾ ਵਾ ਆਪਣੇ ਬੰਦ ਕਟਵਾਏ, ਦੂਜਿਆਂ ਦੇ ਧਰਮਾਂ ਵਾਸਤੇ, ਦੂਜਿਆਂ ਦੀਆਂ ਇੱਜ਼ਤਾਂ ਪੱਤਾਂ ਵਾਸਤੇ ਵੀ ਇਹਨਾਂ ਸਾਡੀਆਂ ਕੌਮ ਦੇ ਵਿੱਚ ਜਿਹੜੇ ਸੂਰਮਿਆਂ ਨੇ ਬੰਦ ਕਟਵਾਏ, ਉਹਨਾਂ ਯੋਧਿਆਂ ਦੀਆਂ ਇੱਥੇ ਫੋਟੋਆਂ ਲੱਗਣੀਆਂ ਚਾਹੀਦੀਆਂ। ਅਤੇ ਇਹ ਜਿਹੜੀ ਤਕਲੀਫ ਜਿਹੜੀ ਆ ਇਹ ਸਾਨੂੰ ਤਾਂ ਹੋ ਰਹੀ ਆ ਕਿਉਂਕਿ ਜਿਹੜਾ ਵੀ ਬੱਚਾ ਬਾਹਰੋਂ ਆਉਂਦਾ ਜੀ, ਜਾਂ ਕੋਈ ਬਾਹਰੋਂ ਅਮੈਰੀਕਾ, ਕੈਨੇਡਾ ਜਾਂ ਕਿਤੇ ਕਿਸੇ ਵੀ ਕੰਟਰੀ ਤੋਂ ਆਉਂਦਾ ਵਾ, ਜਾਂ ਕੋਈ ਬਾਹਰ ਦੀ ਸਟੇਟ 'ਚੋਂ ਆਉਂਦਾ, ਦਿੱਲੀ 'ਚੋਂ, ਬੰਬੇ 'ਚੋਂ, ਉਹ ਆ ਕੇ ਜਦੋਂ ਇਹ ਸਟੈਚੂ ਵੇਖਦਾ ਵਾ ਕਿ ਇਹਨਾਂ ਦਾ ਖਰੇ ਸੱਭਿਆਚਾਰ ਹੀ ਇਹ ਵਾ ਜਿਹੜਾ ਭੰਗੜਾ ਪਾਉਣ ਵਾਲਾ ਲਾਚਾਰਾਂ ਵਾਲਾ ਵਾ, ਉਹ ਜਦੋਂ ਇਹ ਚੀਜ਼ ਵੇਖਦੇ ਆ ਤਾਂ ਫਿਰ ਦਰਬਾਰ ਸਾਹਿਬ ਜਾ ਕੇ ਅੰਦਰ ਬਕਰਮਾਂ ਦੇ ਵਿੱਚ ਜਾ ਕੇ ਉੱਥੇ ਉਹ ਫਿਰ ਆਪਣੇ ਜਿਹੜੇ ਆ ਟਿਕਟੋਕ ਵਾਲੇ ਜਿਹੜੇ ਆ ਉਹ ਭੰਗੜੇ ਪਾਉਂਦੇ ਆ ਉੱਥੇ, ਕਈ ਵੇਖੋ ਵੀਡੀਓ ਵਾਇਰਲ ਬੱਚੀਆਂ ਦੀਆਂ ਹੋਈਆਂ, ਕਈ ਬੱਚਿਆਂ ਦੀਆਂ ਹੋਈਆਂ, ਵੀ ਉੱਥੇ ਜਿਹੜਾ ਵਾ ਸਾਡੇ ਸਿੱਖ ਕੌਮ ਦੀਆਂ ਜਿਹੜੇ ਮਰਜ਼ਾਦਾ ਦੀਆਂ ਧੱਜੀਆਂ ਡਾਉਣ ਲੱਗ ਪਏ ਬੱਚੇ। ਇਸ ਕਰਕੇ ਜਿਹੜਾ ਮੈਸੇਜ ਆ ਇੱਥੇ ਕਮ ਸੇ ਕਮ ਸਾਡਾ ਜਿਹੜਾ ਇੱਥੇ ਸਟੈਚੂ ਇਹੋ ਜਿਹੇ ਲੱਗਣੇ ਚਾਹੀਦੇ ਆ ਕਿ ਜਿਹੜਾ ਬੰਦ ਕਟਵਾਏ, ਸਾਡੀ ਕੌਮ ਦਾ ਜਿਹੜਾ ਮੈਸੇਜ ਤਾਂ ਇਹ ਹੀ ਵੀ ਜਿਹੜਾ ਬੰਦ ਕਟਵਾਏ ਦਾ, ਅਤੇ ਇੱਥੇ ਜਿਹੜੇ ਮੈਸੇਜ ਆ ਸਾਨੂੰ ਲਾਚਾਰ ਅਤੇ ਨਾਚੇ ਬਣਾਤਾ ਜਿਹੜਾ ਵਾ, ਜਿਹੜਾ ਅਸੀਂ ਦੁਸ਼ਮਣ ਦੀ ਹਿੱਕ 'ਤੇ ਚੜ੍ਹ ਕੇ ਨੱਚਣ ਵਾਲੇ ਹਾਂ ਅਤੇ ਸਾਨੂੰ ਸਟੇਜਾਂ 'ਤੇ ਜਿਹੜਾ ਵਾ ਡੀਜਿਆਂ 'ਤੇ ਨਚਾਤਾ, ਅਤੇ ਇਹ ਕਰਕੇ ਅਸੀਂ ਨਚਾਰ ਨਹੀਂ ਹਾਂ, ਅਸੀਂ ਉਹਨਾਂ ਯੋਧਿਆਂ ਦੀ ਪ੍ਰਦੇਸ਼ ਹਾਂ, ਉਹਨਾਂ ਯੋਧਿਆਂ ਦੀ ਕੌਮ ਹਾਂ, ਅਤੇ ਇਹ ਕਰਕੇ ਅਸੀਂ ਜਿਹੜਾ ਇਹ ਆਪਣਾ ਉਪਰਾਲਾ ਜਿਹੜਾ ਵਾ ਇਹ ਧਰਨਾ ਲਾਇਆ ਗਿਆ ਵਾ, ਅਤੇ ਬਾਕੀ ਦੂਜਾ ਧਰਨਾ ਜਿਹੜਾ ਵਾ ਇਹ ਦੂਜੀ ਜਿਹੜੀ ਗੱਲ ਵਾਸਤੇ ਲਾਇਆ ਗਿਆ ਕਿ ਜਿਹੜੇ ਨੌਜਵਾਨਾਂ ਨੇ ਬੁੱਤ ਢਾਉਣ ਦੀ ਕੋਸ਼ਿਸ਼ ਕੀਤੀ, ਕੋਸ਼ਿਸ਼ ਬਥੇਰੀ ਕੀਤੀ ਪਰ ਪੱਕੇ ਬਣੇ ਸੀ ਉਹਨਾਂ ਵਿਚਾਰਿਆਂ ਨੇ, ਉਹਨਾਂ 'ਤੇ ਜਿਹੜੇ 307 ਦੇ ਪਰਚੇ ਕੀਤੇ ਗਏ, ਹੋਰ ਵੀ ਨਜੇਜ਼ ਜਿਹੜੇ ਬੇਮਨਿਆਦ ਪਰਚੇ ਜਿਹੜੇ ਬਣਦੇ ਹੀ ਨਹੀਂ ਉਹ ਪ੍ਰਸ਼ਾਸਨ ਨੇ ਕੀਤੇ। ਮੈਨੂੰ ਤਾਂ ਇਸ ਗੱਲ ਦੀ ਨਹੀਂ ਬਣਦੀ ਗੱਲ ਵੀ ਇਹ ਵੀ ਸਾਡੇ ਸਿੱਖ ਭਰਾ ਵਾ, ਸਤਿਕਾਰਯੋਗ ਨੇ ਸਾਡੇ, ਪਰ ਜਦੋਂ ਇਹ ਜਿਹੜੇ ਕੰਮ ਕਰਦੇ ਜਾਂ ਸਿਆਸੀ ਬੰਦਾ ਕਰਦਾ ਜਾਂ ਕੋਈ ਵੀ ਕਰਦਾ ਵਾ, ਅਤੇ ਇਹਨਾਂ ਚੀਜ਼ਾਂ ਦਾ ਮੈਨੂੰ ਤਾਂ ਸਮਝ ਨਹੀਂ ਲੱਗੀ ਅਜੇ ਤੱਕ ਕਿ ਕੀ ਇਹਨਾਂ ਦੇ ਵਿੱਚ ਅੰਦਰ ਸਿੱਖੀ ਨਹੀਂ, ਕੀ ਇਹ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਸਿੱਖ ਨੇ ਆਪਣੇ ਮੰਨਦੇ ਨਹੀਂ ਆ ਗੁਰੂ ਸਾਹਿਬ ਨੂੰ ਆਪਣਾ।
ਇਹ ਬਗਾਨੇ ਵਾਲਾ ਵਿਰਤੀ ਆ, ਕਿਉਂ ਕਰਦੇ ਨੇ ਜੀ? ਇਹਨਾਂ ਦਾ ਨਹੀਂ ਫਰਜ਼ ਬਣਦਾ? ਜੇ ਸਾਡਾ ਫਰਜ਼ ਬਣਦਾ ਆ ਕੇ ਅਸੀਂ ਘਰ ਛੱਡ ਕੇ ਇੱਥੇ ਬੈਠੇ ਹਾਂ, ਕੀ ਇਹਨਾਂ ਸਿਆਸੀ ਬੰਦਿਆਂ ਦਾ ਫਰਜ਼ ਨਹੀਂ ਬਣਦਾ? ਜਦੋਂ ਵੋਟਾਂ ਲੈਣ ਜਾਂਦੇ ਆ ਜਾਂ ਕੋਈ ਵੀ ਸਾਡੀ ਕੌਮ ਦੀ ਦਵਾਈ ਦਿੰਦੇ ਆ, 84 ਦੀ ਦਵਾਈ ਦਿੰਦੇ ਆ, ਉਦੋਂ ਇਹ ਕਿੱਦਾਂ ਕੌਮ ਦਾ ਨਾਂ ਲੈਂਦੇ ਜਦੋਂ ਵੋਟਾਂ ਲੈਣੀਆਂ ਹੁੰਦੀਆਂ? ਜਦੋਂ ਇੱਦਾਂ ਕੌਮ ਦੀ ਗੱਲ ਕਰਦੀ, ਕੌਮ ਇਕੱਠੀ ਹੁੰਦੀ ਆ, ਕੋਈ ਵੀ ਟੋਪਿਕ ਲੈਂਦੇ ਅਸੀਂ, ਅਤੇ ਉਦੋਂ ਕਿਉਂ ਨਹੀਂ ਇਹ ਸਿਆਸੀ ਬੰਦਾ ਕੋਈ ਵੀ ਕਿਸ ਵੀ ਜਿਹੜੀ ਪਾਰਟੀ ਦਾ ਬੰਦਾ ਇੱਥੇ ਨਹੀਂ ਆਇਆ ਅਤੇ ਨਾ ਕੋਈ ਗੱਲ ਕਰਦਾ ਜੀ? 2022 'ਚ ਇਲੈਕਸ਼ਨ ਆਉਣ ਵਾਲੀ ਆ, ਸਿਆਸਤ ਬਾਰੇ ਕੁਛ ਸੋਚੋਗੇ? ਨਹੀਂ ਜੀ, ਨਹੀਂ, ਸਾਡਾ ਸਿਆਸਤ ਨਾਲ ਕੋਈ ਮੇਲ ਹੀ ਨਹੀਂ ਜੀ। ਬਾਕੀ ਇਹ ਜਿਹੜੇ ਬੰਦੇ ਆ ਇਹ ਸਿਆਸਤਾਂ ਖੇਡ ਰਹੇ ਆ ਜੀ, ਕੌਮ ਨਾਲ ਖੇਡ ਰਹੇ ਆ, ਅਤੇ ਇਹ ਆ ਬਹੁਤ ਜ਼ਿਆਦਾ ਮਾੜੀ ਗੱਲ। ਪਹਿਲਾਂ ਬਾਦਲ ਸਾਹਿਬ ਹੁਣੀ ਖੇਡ ਗਏ, ਹੁਣ ਕੈਪਟਨ ਸਾਹਿਬ ਹੁਣੀ ਖੇਡਣ ਡੇ ਆ, ਕਿਉਂਕਿ ਜੇ ਚਲੋ ਬਾਦਲੋਂ ਨਾ ਕੀਤਾ ਵਾ ਤਾਂ ਤੁਸੀਂ ਉਹ ਜਿਹੜਾ ਉਹਦਾ ਸਹੀ ਕਰ ਦਿਓ, ਬੁੱਤਾਂ ਨੂੰ ਹਟਾ ਦਿਓ, ਉਹ ਸਗੋਂ ਪ੍ਰਸ਼ਾਸਨ ਨੂੰ ਲਿਆ ਕੇ ਅਤੇ ਉਹ ਸਾਡੇ ਸਿਰਾਣੇ ਪਾਇਆ, ਘੱਟ ਤੋਂ ਘੱਟ 50-60 ਬੰਦੇ ਜਿਹੜੇ ਉੱਦਾਂ ਦੇ ਸਿਰਾਣੇ ਬੈਠੇ ਸਾਡੇ, ਅਤੇ ਕਦੀ CID ਵਾਲੇ ਕਹਿੰਦੇ ਤੇ ਸਾਡੇ ਨਾਲ ਗੱਲ ਕਰ ਲਓ, ਆਓ ਆਪਾਂ ਬੰਨੇ ਚੱਲੀਏ, ਬੰਨੇ ਜਾ ਕੇ ਆਪਾਂ ਕੋਈ ਗੱਲ ਕਰੀਏ, ਕੀ ਤੁਹਾਡੇ ਨਾਲ ਗੱਲ ਕਰੀਏ, ਜਾਂ ਤਾਂ ਬੁੱਤ ਹਟਾਉਣ ਦੀ ਗੱਲ ਕਰੋ, ਜਾਂ ਇਹਨਾਂ 'ਤੇ ਕੱਪੜਾ ਪਾਓ। ਤੁਸੀਂ 30 ਤਰੀਕ ਤੱਕ ਦਾ ਟਾਈਮ ਦਿੱਤਾ ਵਾ, 30 ਤਰੀਕ ਤੱਕ ਤੁਸੀਂ ਇਹਨਾਂ ਬੁੱਤਾਂ 'ਤੇ ਕੱਪੜਾ ਪਾਓ, 30 ਤਰੀਕ ਨੂੰ ਹਟਾਓ ਅਤੇ ਅਸੀਂ ਇੱਥੋਂ ਉੱਠ ਜਾਂਦੇ ਹਾਂ, ਅਤੇ ਬੱਚੇ ਜਿਹੜੇ ਸਾਡੇ ਫੜੇ ਆ ਵੀਰ, ਜਿਹੜੇ ਫੜੇ ਸਤਿਕਾਰਯੋਗ, ਉਹਨਾਂ ਨੂੰ ਛੱਡੋ ਜੀ। ਹਾਂਜੀ, ਇਹ ਹੀ ਮੰਗ ਹੈ ਜੀ ਸਾਡੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਸ ਪੰਜਾਬ ਸਿੰਘ ਸੁਲਤਾਨਵਿੰਡ, ਜਥਾ ਹਿੰਮਤੇ ਖਾਲਸਾ, ਭਾਈ ਦਿਲਬਾਗ ਸਿੰਘ ਜੀ, ਜਥਾ ਸਿਰਲਤ ਖਾਲਸਾ, ਭਾਈ ਪ੍ਰਿਤਪਾਲ ਸਿੰਘ ਜੀ ਜੀ, ਖਾਲਸਾ ਸਮੂਹ ਸਿੱਖ ਸੰਗਤ ਵੱਲੋਂ।